ਅਸੀਂ ਤੁਹਾਡੇ ਵਿਹੜੇ ਆ ਗਏ ਤੇ ਦਿਲ ਹਾਜ਼ਰ ਹੈ ਯਾਰਾਂ ਦੇ ਮੇਰੇ ਵੱਲੋਂ ਯਾਨੀ ਆਰਜੇ ਰੇਡੀਓ ਜੋਕੀ ਜੱਸੀ ਦੇ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਰ ਰਾਤ ਮਾਇਆ ਫੈਨ ਤੇ 10 ਤੋਂ ਲੈ ਕੇ 1 ਵਜੇ ਤੱਕ ਰੌਣਕਾਂ ਲਾਈਦੀਆਂ ਨੇ ਉਦੋਂ ਪਰਦੇ ਦੇ ਪਿੱਛੇ ਹੋਈ ਦਾ ਤੁਹਾਡੇ ਰੂਬਰੂ ਹਾਂਜੀ ਔਰ ਕਿਉਂਕਿ ਖਾਸ ਮਾਹੌਲ ਬਣਿਆ ਹੋਇਆ ਹੈ ਆਈ ਦੀਵਾਲੀ ਥਾਂ ਥਾਂ ਛਿੰਝਣ ਤੇ ਮੇਲੇ ਗੱਜ ਗੱਜ ਹਿੱਕਾਂ ਚੌੜੀਆਂ ਗੱਭਰੂ ਵੱਲ ਵੇਲੇ ਬੱਚੇ ਇਹਨਾਂ ਦੀ ਮਾਰ ਤੋਂ ਕੋਈ ਟਾਵਾਂ ਟਾਵਾਂ ਸੋਹਣੇ ਵਤਨ ਪੰਜਾਬ ਤੋਂ ਮੈਂ ਸਦਕੇ ਜਾਵਾਂ ਤੇ ਜਦੋਂ ਸਦਕੇ ਜਾਂਦੇ ਹਾਂ ਆਪਾਂ ਇਸ ਪੰਜਾਬ ਦੇ ਇਸ ਜ਼ਰਖੇਜ਼ ਮਿੱਟੀ ਤੇ ਇਸ ਭਾਰਤ ਤੇ ਤੇ ਜਦੋਂ ਸਦਕੇ ਜਾਈਦਾ ਤੇ ਫਿਰ ਇਹਨਾਂ ਦੀਆਂ ਚੀਜ਼ਾਂ ਦੇ ਨਾਲ ਵੀ ਪਿਆਰ ਹੋਣਾ ਚਾਹੀਦਾ ਯਾਨੀ ਕਿ ਜਿਹੜੀਆਂ ਇਸ ਜ਼ਰਖੇਜ਼ ਮਿੱਟੀ ਦੇ ਨਾਲ ਜੁੜੀਆਂ ਹੋਈਆਂ ਚੀਜ਼ਾਂ ਨੇ ਇੱਥੋਂ ਬਣੀਆਂ ਹੋਈਆਂ ਚੀਜ਼ਾਂ ਨੇ ਉਹਨਾਂ ਤੇ ਮਾਣ ਹੋਣਾ ਚਾਹੀਦਾ ਹਰ ਮੁੱਖ ਤੋਂ ਹਰ ਮੂੰਹ ਤੋਂ ਭਾਰਤ ਦਾ ਗੁਣਗਾਨ ਹੋਣਾ ਚਾਹੀਦਾ ਹੈ ਤੇ ਫਿਰ ਇੱਥੋਂ ਦੀਆਂ ਬਣੀਆਂ ਹੋਈਆਂ ਚੀਜ਼ਾਂ ਤੇ ਵੀ ਮਾਣ ਹੋਣਾ ਚਾਹੀਦਾ ਸੋ ਅੱਜ ਇਸ ਤੋਂ ਬਾਅਦ ਕਿਉਂਕਿ ਪਿਛਲੇ 2 ਦਿਨ ਗੁਜ਼ਰ ਚੁੱਕੇ ਹੈ ਐਂਟਰਟੇਨਮੈਂਟ ਦੇ ਹਰ ਸ਼ਾਮ ਬੜੀ ਰੰਗੀਨ ਹੁੰਦੀ ਹੈ ਬੜਾ ਮਾਹੌਲ ਸੰਗੀਤ ਨੁਮਾ ਹੁੰਦਾ ਹੈ ਔਰ ਅੱਜ ਤੀਸਰੇ ਦਿਨ ਦੀ ਸ਼ਾਮ ਗੁਜ਼ਰ ਰਹੀ ਹੈ ਅੱਜ ਵੀ ਬੜਾ ਜ਼ਬਰਦਸਤ ਮਾਹੌਲ ਹੋਣ ਵਾਲਾ ਹੈ ਲੇਕਿਨ ਇੱਕ ਗੱਲ ਕਹਿੰਦੇ ਕਿ ਹਰ ਕੋਈ ਕਾਮਯਾਬੀ ਦੇ ਲਈ ਤੜਫਦਾ ਹੈ ਹਰ ਕੋਈ ਕਾਮਯਾਬੀ ਦੇ ਲਈ ਤੜਫਦਾ ਹੈ ਮਿਹਨਤ ਕਰਨ ਵਾਲਾ ਮਜਬੂਰੀਆਂ ਦੇ ਨਾਲ ਲੜਦਾ ਹੈ ਉੱਡਦੇ ਤਾਂ ਹਜ਼ਾਰਾਂ ਕਾਗਜ਼ ਨੇ ਆਸਮਾਨ ਦੇ ਵਿੱਚ ਪਰ ਪਤੰਗ ਆਪਣੀ ਕਾਬਲੀਅਤ ਦੇ ਨਾਲ ਆਸਮਾਨ ਦੇ ਵਿੱਚ ਖੜਦਾ ਹੈ ਤੇ ਜਦੋਂ ਸੰਗੀਤ ਜਗਤ ਦੀ ਗੱਲ ਆਉਂਦੀ ਹੈ ਤੇ ਜਿਹੜਾ ਆਪਣੇ ਹੁਨਰ ਦੇ ਨਾਲ ਕਾਮਯਾਬੀ ਦੇ ਉੱਤੇ ਖੜੀ ਹੋਈ ਆਵਾਜ਼ ਹੈ ਉਹਨੇ ਹੁਣ ਹਾਜ਼ਰ ਹੋਣਾ ਹੈ ਕਹਿੰਦੇ ਆ ਕਿ ਉਹ ਮੰਜ਼ਿਲ ਤੇ ਤਾਂ ਬਹੁਤ ਟਾਈਮ ਪਹਿਲਾਂ ਹੀ ਪਹੁੰਚ ਗਈ ਸੀ ਅੱਜ ਤੋਂ 10 ਸਾਲ ਪਹਿਲਾਂ ਜਦੋਂ 2006 ਦੇ ਵਿੱਚ ਸੰਗੀਤਿਕ ਸਫ਼ਰ ਸ਼ੁਰੂ ਹੋਇਆ ਸੀਗਾ ਪਰ ਮੰਜ਼ਿਲ ਤੇ ਟਿਕੀ ਹੋਈ ਉਹ ਆਵਾਜ਼ ਹੁਣ ਆਪਣੇ ਰੂਬਰੂ ਹੋਣ ਜਾ ਰਹੀ ਹੈ ਨਾਮ ਤਾਂ ਮੈਂ ਲੈ ਦੇਣਾ ਤੁਹਾਨੂੰ ਵੀ ਪਤਾ ਕੀ ਹੈ ਨਾਮ ਲੈਣਾ ਪਰ ਮਜ਼ਾ ਤਾਂ ਹੈ ਉਹ ਆਵਾਜ਼ ਲੈਣ ਦੇ ਨਾਲ ਤੁਹਾਡੀਆਂ ਤਾੜੀਆਂ ਮੇਲ ਖਾ ਜਾਣੀ ਯਾਨੀ ਕਿ ਤੁਹਾਡੀਆਂ ਤਾੜੀਆਂ ਦੀ ਗੜਗੜਾਹਟ ਦੇ ਨਾਲ ਮਿਸ ਪੂਜਾ